ਜੇਕਰ ਤੁਸੀਂ ਵੀ ਚਿਪਸ ਖਾਣ ਦੇ ਸ਼ੌਕੀਨ ਹੋ ਤਾਂ ਤੁਸੀਂ ਵੀ ਥੋੜ੍ਹਾ ਧਿਆਨ ਨਾਲ ਇਹ ਖਬਰ ਸੁਣ ਲਓ। ਕਿਤੇ ਤੁਹਾਡੇ ਵੀ ਚਿਪਸ ਦੇ ਪੈਕਟ 'ਚ ਕੋਈ ਮਰਿਆ ਹੋਇਆ ਜਾਨਵਰ ਨਾ ਹੋਵੇ। ਤਾਂ ਦੱਸ ਦਈਏ ਕਿ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਚਿਪਸ ਦੇ ਪੈਕਟ ਦੇ ਵਿੱਚੋਂ ਮਰਿਆ ਹੋਇਆ ਡੱਡੂ ਨਿਕਲਿਆ। ਮਰੇ ਹੋਏ ਜਾਨਵਰਾਂ ਦਾ ਖਾਣ ਪੀਣ ਵਾਲੀ ਸਮਾਨ ਦੇ ਵਿੱਚੋਂ ਨਿਕਲਣਾ ਲਗਾਤਾਰ ਜਾਰੀ ਹੈ। ਆਏ ਦਿਨ ਹੈਰਾਨ ਕਰ ਦੇਣ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਆਈਸਕ੍ਰੀਮ ਦੇ ਵਿੱਚੋਂ ਜਿੱਥੇ ਕੱਟੀ ਹੋਈ ਉਂਗਲ ਮਿਲਦੀ ਹੈ, ਉੱਥੇ ਹੀ ਚੋਕਲੇਟ ਸਿਰਪ ਦੇ ਵਿੱਚੋਂ ਮਰਿਆ ਹੋਇਆ ਚੂਹਾ ਨਿਕਲਦਾ। ਤੇ ਹੁਣ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਚਿਪਸ ਦੇ ਵਿੱਚੋਂ ਤੀ ਮਰਿਆ ਹੋਇਆ ਡੱਡੂ ਨਿਕਲਿਆ। ਦੱਸ ਦਈਏ ਕਿ ਇੱਕ ਛੋਟੀ ਜਿਹੀ ਬੱਚੀ ਨੇ ਇਹ ਚਿਪਸ ਦਾ ਪੈਕਟ ਆਪਣੇ ਖਾਣ ਦੇ ਲਈ ਖਰੀਦਿਆ ਸੀ। ਹਾਲਾਂਕਿ ਇਸ ਦੇ ਵਿੱਚੋਂ ਕੁਝ ਚਿਪਸ ਉਸਨੇ ਖਾ ਵੀ ਲਈ ਸੀ, ਪਰ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਉਸਦੇ ਪੈਕਟ ਦੇ ਵਿੱਚੋਂ ਕੋਈ ਸ਼ੱਕੀ ਚੀਜ਼ ਨਜ਼ਰ ਆਈ, ਤਾਂ ਉਹਨਾਂ ਨੇ ਜਦੋਂ ਉਸ ਪੈਕਟ ਨੂੰ ਧਿਆਨ ਨਾਲ ਖੋਲ੍ਹ ਕੇ ਦੇਖਿਆ ਤਾਂ ਉਸਦੇ ਵਿੱਚੋਂ ਮਰਿਆ ਹੋਇਆ ਡੱਡੂ ਨਿਕਲਿਆ। ਜੀ ਹਾਂ, ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ ਮਰਿਆ ਹੋਇਆ ਡੱਡੂ ਪੈਕਟ ਦੇ ਵਿੱਚ ਦੇਖਿਆ ਜਾ ਸਕਦਾ, ਪਰ ਹੁਣ ਇਸ ਦੀ ਜਾਂਚ ਦੇ ਆਦੇਸ਼ ਜੋ ਨੇ ਨਗਰ ਨਿਗਮ ਦੀ ਟੀਮ ਵੱਲੋਂ ਦਿੱਤੇ ਜਾ ਚੁੱਕੇ ਨੇ। ਤਾਂ ਦੱਸ ਦਈਏ ਕਿ ਇੱਕ ਦੁਕਾਨ ਤੋਂ ਇਹ ਪੈਕਟ ਖਰੀਦਿਆ ਗਿਆ ਸੀ ਜਿਸ ਦੇ ਵਿੱਚੋਂ ਮਰਿਆ ਹੋਇਆ ਡੱਡੂ ਨਿਕਲਿਆ। ਗੁਜਰਾਤ ਦੇ ਜਾਮਨਗਰ ਤੋਂ ਇਹ ਮਾਮਲਾ ਸਾਹਮਣੇ ਆਇਆ। ਜੇਕਰ ਤੁਸੀਂ ਵੀ ਚਿਪਸ ਖਾਣ ਦੇ ਸ਼ੌਕੀਨ ਹੋ ਤਾਂ ਤੁਸੀਂ ਵੀ ਥੋੜ੍ਹਾ ਧਿਆਨ ਨਾਲ ਇਹ ਖਬਰ ਸੁਣ ਲਓ। ਕਿਤੇ ਤੁਹਾਡੇ ਵੀ ਚਿਪਸ ਦੇ ਪੈਕਟ 'ਚ ਕੋਈ ਮਰਿਆ ਹੋਇਆ ਜਾਨਵਰ ਨਾ ਹੋਵੇ। ਤਾਂ ਦੱਸ ਦਈਏ ਕਿ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਚਿਪਸ ਦੇ ਪੈਕਟ ਦੇ ਵਿੱਚੋਂ ਮਰਿਆ ਹੋਇਆ ਡੱਡੂ ਨਿਕਲਿਆ। ਮਰੇ ਹੋਏ ਜਾਨਵਰਾਂ ਦਾ ਖਾਣ ਪੀਣ ਵਾਲੀ ਸਮਾਨ ਦੇ ਵਿੱਚੋਂ ਨਿਕਲਣਾ ਲਗਾਤਾਰ ਜਾਰੀ ਹੈ। ਆਏ ਦਿਨ ਹੈਰਾਨ ਕਰ ਦੇਣ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਆਈਸਕ੍ਰੀਮ ਦੇ ਵਿੱਚੋਂ ਜਿੱਥੇ ਕੱਟੀ ਹੋਈ ਉਂਗਲ ਮਿਲਦੀ ਹੈ, ਉੱਥੇ ਹੀ ਚੋਕਲੇਟ ਸਿਰਪ ਦੇ ਵਿੱਚੋਂ ਮਰਿਆ ਹੋਇਆ ਚੂਹਾ ਨਿਕਲਦਾ। ਤੇ ਹੁਣ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਚਿਪਸ ਦੇ ਵਿੱਚੋਂ ਤੀ ਮਰਿਆ ਹੋਇਆ ਡੱਡੂ ਨਿਕਲਿਆ। ਦੱਸ ਦਈਏ ਕਿ ਇੱਕ ਛੋਟੀ ਜਿਹੀ ਬੱਚੀ ਨੇ ਇਹ ਚਿਪਸ ਦਾ ਪੈਕਟ ਆਪਣੇ ਖਾਣ ਦੇ ਲਈ ਖਰੀਦਿਆ ਸੀ। ਹਾਲਾਂਕਿ ਇਸ ਦੇ ਵਿੱਚੋਂ ਕੁਝ ਚਿਪਸ ਉਸਨੇ ਖਾ ਵੀ ਲਈ ਸੀ, ਪਰ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਉਸਦੇ ਪੈਕਟ ਦੇ ਵਿੱਚੋਂ ਕੋਈ ਸ਼ੱਕੀ ਚੀਜ਼ ਨਜ਼ਰ ਆਈ, ਤਾਂ ਉਹਨਾਂ ਨੇ ਜਦੋਂ ਉਸ ਪੈਕਟ ਨੂੰ ਧਿਆਨ ਨਾਲ ਖੋਲ੍ਹ ਕੇ ਦੇਖਿਆ ਤਾਂ ਉਸਦੇ ਵਿੱਚੋਂ ਮਰਿਆ ਹੋਇਆ ਡੱਡੂ ਨਿਕਲਿਆ। ਜੀ ਹਾਂ, ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ ਮਰਿਆ ਹੋਇਆ ਡੱਡੂ ਪੈਕਟ ਦੇ ਵਿੱਚ ਦੇਖਿਆ ਜਾ ਸਕਦਾ, ਪਰ ਹੁਣ ਇਸ ਦੀ ਜਾਂਚ ਦੇ ਆਦੇਸ਼ ਜੋ ਨੇ ਨਗਰ ਨਿਗਮ ਦੀ ਟੀਮ ਵੱਲੋਂ ਦਿੱਤੇ ਜਾ ਚੁੱਕੇ ਨੇ। ਤਾਂ ਦੱਸ ਦਈਏ ਕਿ ਇੱਕ ਦੁਕਾਨ ਤੋਂ ਇਹ ਪੈਕਟ ਖਰੀਦਿਆ ਗਿਆ ਸੀ ਜਿਸ ਦੇ ਵਿੱਚੋਂ ਮਰਿਆ ਹੋਇਆ ਡੱਡੂ ਨਿਕਲਿਆ। ਗੁਜਰਾਤ ਦੇ ਜਾਮਨਗਰ ਤੋਂ ਇਹ ਮਾਮਲਾ ਸਾਹਮਣੇ ਆਇਆ। ਜੇਕਰ ਤੁਸੀਂ ਵੀ ਚਿਪਸ ਖਾਣ ਦੇ ਸ਼ੌਕੀਨ ਹੋ ਤਾਂ ਤੁਸੀਂ ਵੀ ਥੋੜ੍ਹਾ ਧਿਆਨ ਨਾਲ ਇਹ ਖਬਰ ਸੁਣ ਲਓ। ਕਿਤੇ ਤੁਹਾਡੇ ਵੀ ਚਿਪਸ ਦੇ ਪੈਕਟ 'ਚ ਕੋਈ ਮਰਿਆ ਹੋਇਆ ਜਾਨਵਰ ਨਾ ਹੋਵੇ। ਤਾਂ ਦੱਸ ਦਈਏ ਕਿ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਚਿਪਸ ਦੇ ਪੈਕਟ ਦੇ ਵਿੱਚੋਂ ਮਰਿਆ ਹੋਇਆ ਡੱਡੂ ਨਿਕਲਿਆ। ਮਰੇ ਹੋਏ ਜਾਨਵਰਾਂ ਦਾ ਖਾਣ ਪੀਣ ਵਾਲੀ ਸਮਾਨ ਦੇ ਵਿੱਚੋਂ ਨਿਕਲਣਾ ਲਗਾਤਾਰ ਜਾਰੀ ਹੈ। ਆਏ ਦਿਨ ਹੈਰਾਨ ਕਰ ਦੇਣ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਆਈਸਕ੍ਰੀਮ ਦੇ ਵਿੱਚੋਂ ਜਿੱਥੇ ਕੱਟੀ ਹੋਈ ਉਂਗਲ ਮਿਲਦੀ ਹੈ, ਉੱਥੇ ਹੀ ਚੋਕਲੇਟ ਸਿਰਪ ਦੇ ਵਿੱਚੋਂ ਮਰਿਆ ਹੋਇਆ ਚੂਹਾ ਨਿਕਲਦਾ। ਤੇ ਹੁਣ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਚਿਪਸ ਦੇ ਵਿੱਚੋਂ ਤੀ ਮਰਿਆ ਹੋਇਆ ਡੱਡੂ ਨਿਕਲਿਆ। ਦੱਸ ਦਈਏ ਕਿ ਇੱਕ ਛੋਟੀ ਜਿਹੀ ਬੱਚੀ ਨੇ ਇਹ ਚਿਪਸ ਦਾ ਪੈਕਟ ਆਪਣੇ ਖਾਣ ਦੇ ਲਈ ਖਰੀਦਿਆ ਸੀ। ਹਾਲਾਂਕਿ ਇਸ ਦੇ ਵਿੱਚੋਂ ਕੁਝ ਚਿਪਸ ਉਸਨੇ ਖਾ ਵੀ ਲਈ ਸੀ, ਪਰ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਉਸਦੇ ਪੈਕਟ ਦੇ ਵਿੱਚੋਂ ਕੋਈ ਸ਼ੱਕੀ ਚੀਜ਼ ਨਜ਼ਰ ਆਈ, ਤਾਂ ਉਹਨਾਂ ਨੇ ਜਦੋਂ ਉਸ ਪੈਕਟ ਨੂੰ ਧਿਆਨ ਨਾਲ ਖੋਲ੍ਹ ਕੇ ਦੇਖਿਆ ਤਾਂ ਉਸਦੇ ਵਿੱਚੋਂ ਮਰਿਆ ਹੋਇਆ ਡੱਡੂ ਨਿਕਲਿਆ। ਜੀ ਹਾਂ, ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ ਮਰਿਆ ਹੋਇਆ ਡੱਡੂ ਪੈਕਟ ਦੇ ਵਿੱਚ ਦੇਖਿਆ ਜਾ ਸਕਦਾ, ਪਰ ਹੁਣ ਇਸ ਦੀ ਜਾਂਚ ਦੇ ਆਦੇਸ਼ ਜੋ ਨੇ ਨਗਰ ਨਿਗਮ ਦੀ ਟੀਮ ਵੱਲੋਂ ਦਿੱਤੇ ਜਾ ਚੁੱਕੇ ਨੇ। ਤਾਂ ਦੱਸ ਦਈਏ ਕਿ ਇੱਕ ਦੁਕਾਨ ਤੋਂ
ਇਹ ਪੈਕਟ ਖਰੀਦਿਆ ਗਿਆ ਸੀ ਜਿਸ ਦੇ ਵਿੱਚੋਂ ਮਰਿਆ ਹੋਇਆ ਡੱਡੂ ਨਿਕਲਿਆ। ਗੁਜਰਾਤ ਦੇ ਜਾਮਨਗਰ ਤੋਂ ਇਹ ਮਾਮਲਾ ਸਾਹਮਣੇ ਆਇਆ।